ਬਤਿਗਾ ਜੀ ਵੀੰਦ ਮਨ ਨੂੰ ਤੇ ਬਚਾਦਾ ਹੀ ਮੈਨੂੰ ਹੋਰ ਕੌਣ ਬਚਾਉਂਦਾ ਹੀ ਅੱਜ ਸਿੱਧੂ ਨਾ ਹੁੰਦਾ ਤਾਂ ਕੀ ਤੁਹਾਡਾ ਬਚਣਾ ਔਖਾ ਹੋ ਜਾਂਦਾ ਔਖਾ ਕੀ ਵਾ ਮਰ ਜਾਂਦੇ ਜੀ ਦੋ ਤਿੰਨ ਸਾਲਾਂ ਚ ਖਤਮ ਹੋ ਜਾਂਦੀ ਕਹਾਣੀ ਕੌਣ ਪੁੱਛਦਾ ਸੀ ਜੀ ਬੜਾ ਵੀ ਦਇਆ ਕਰੇ ਮੈਨੂੰ ਬਠਿੰਡੇ ਵੀ ਦਿਖਾਇਆ ਜੀ ਮੈਨੂੰ ਮਾਨਸਾਂ ਵੀ ਦਿਖਾਇਆ ਜੀ ਸਾਲ ਚ ਮੈਨੂੰ ਬੂਟ ਸਾਰਾ ਸਾਲ ਖਰਚਾ ਸਾਡਾ ਉਸੇ ਨਹੀਂ ਚਲਾਇਆ ਜੀ ਸਾਰਾ ਸਾਹ 200 ਰੁਪਿਆ ਲਾਇ ਜਿੱਤੇ 8 9 ਗੁੱਲੂ ਮੈਨੂੰ ਕਿਉਂ ਲੈ ਕੇ ਦਿੱਤਾਈ ਉਹਨਾਂ ਨੇ ਆਪ ਰਲਾ ਕੇ ਦਿੱਤਾਈ ਇਹ ਹੁੰਦੀਆਂ ਗੱਲਾਂ ਉਹ ਜੋ ਸਿੱਧੂ ਨੇ ਬਤਾਈਆਂ ਹੋਈਆਂ ਹਾਂ ਜੇ ਇੱਥੇ ਵੀ ਮਿੱਥੇ ਉਹ ਬਾਈ ਖੜਾ ਯੂਰੂ ਵੀ ਮੇਰੇ ਕੋਲੇ ਮਿਲ ਕੇ ਆਈ ਛੋਟੀ ਵਰਗ ਇੱਕ ਨੌਜਵਾਨ ਮੁੰਡਾ ਫੌਜੀ ਉਧਰੋਂ ਸਾਡੇ ਜ਼ਿੰਮੇਦਾਰਾਂ ਤੋਂ ਉਹਨਾਂ ਨੇ ਇਕੱਠੇ ਉਹ ਵੀ ਮੇਰੇ ਇੱਥੇ ਘਰੀ ਵੀ ਪਤਾ ਲੱਗੇ ਵੀ ਤਬਦੀਰੀ ਹੁੰਦੀ ਤਾਂ ਕਦਰ ਕੀ ਰੂਪੀ ਉੱਥੇ ਨ ਕਰੇਗੀ ਇਹ ਚਾਲ ਚ ਵੀ ਮੈਨੂੰ ਬੂਟ ਵਟ ਦੇ ਬਾਈ ਉਹਨਾਂ ਨੇ ਸੌਦਾ ਪੱਤਾ ਵੀ ਭੇਜਦੇ ਰਹੇ ਲੋਕਡਾਊਨ ਵੀਰੇ ਹੁਣ ਹੁਣ ਕੋਈ ਮਦਦ ਕਰਨ ਵਾਸਤੇ ਆਇਆ ਉਸ ਤੋਂ ਬਾਅਦ ਬੇਈਮਾਨ ਨਹੀਂ ਸੀ ਗਿਆ ਇਹ ਬੰਦਾ ਸੱਚਾ ਸੀ ਤਾਂ ਹੀ ਮਾਰੇ ਇਹ ਪੇਤਰੇੰਦਾ ਸੀ ਉਹ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਮਾਰੇ ਉੱਥੇ ਲਿਆ ਕੀ ਕਹਿਣ ਦਾ ਮਤਲਬ ਇਹ ਹੈ ਕਿ ਵੀ ਮਾੜਾ ਕੰਮ ਹੋਈ ਤੇ ਮਤਰ ਨਾਲ ਵੀ ਲਾ ਮਾਈ ਬਸਾਂ ਵੀ ਰੋਕਣ ਸਾਰਾ ਕੁਝ ਕਰਾਂ ਜਿੰਨੇ ਚਿਰ ਕੋਈ ਨਸਾਕ ਨਿੰਦੇ ਉਹ ਜਰਦਾ ਕੱਲਾ ਪੁੱਤ ਸੀਗਾ ਹੀ ਅਗਲੇ ਦਾ ਸਟਾਰ ਸੀਗਾ ਹੀ ਇਹ ਬੰਦਾ ਕੀ ਗੱਲਾਂ ਕਰਦਾ ਸੀਗਾ ਕਿਉਂਕਿ ਪਿੰਡ ਨਾਲ ਜੁੜਿਆ ਹੋਇਆ ਹੈ ਜ਼ਮੀਨ ਨਾਲ ਜੁੜਿਆ ਹੋਇਆ ਸੀਗਾ ਬੜੀਆਂ ਦਾ ਹਜੇ ਵੀ ਕੰਮ ਚੱਲ ਜਿੰਦਾ ਬਾਈ ਚਲਾ ਕੇ ਹੈ ਹੋਰ ਕਿਸੇ ਨੇ ਨਹੀਂ ਕਰਿਆ ਇੱਥੇ ਇਹ ਘਰ ਵੀ ਆਪਣਾ ਤਾਂ ਸਰਕਾਰ ਨਹੀਂ ਪਾਕੇ ਦਿੱਤਾ ਹੀ ਐਮੀ ਗੱਪ ਮਾਰਦੀ ਏ ਓਡੇ ਕੋਲ ਉਹ ਨਾ ਨਹੀਂ ਕਰਿਆ ਜੀ ਸਾਰਾ ਸੁਖਦੀਪ ਨਹੀਂ ਕਰ ਪਾਕੇ ਦਿੱਤਾ ਸੀ ਹਾਂ ਇਹ ਉਹਦੇ ਰਾਤ ਚੋਂ ਤੋਂ ਬਣੇ ਸੀ ਜੀ ਦੇ ਡੈਡੀ ਸਰਪੰਚੀ ਉਦੋਂ ਪਾਕੇ ਸੀ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਅੱਜ ਲਗਭਗ 3.5 ਮਹੀਨੇ ਹੋ ਚੁੱਕੇ ਨੇ ਔਰ ਇਸ ਵੇਲੇ ਅਸੀਂ ਮਾਨਸਾ ਦੇ ਵਿੱਚ ਮੌਜੂਦ ਆਂ ਮੂਸਾ ਪਿੰਡ ਦੇ ਵਿੱਚ ਆਏ ਹੋਏ ਆਂ ਔਰ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਪਤਾ ਚੱਲਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਨਾਲ ਲੋਕ ਕਿਸ ਕਦਰ ਜੁੜੇ ਹੋਏ ਸੀ ਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਲੋਕਾਂ ਦੇ ਨਾਲ ਕਿਸ ਕਦਰ ਜੁੜਿਆ ਹੋਇਆ ਸੀ ਤਾਂ ਪਿੰਡ ਦੇ ਵਿੱਚ ਗੱਲ ਕਰਦਿਆਂ ਕਰਦਿਆਂ ਪਤਾ ਚੱਲਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੇ ਜਦੋਂ ਉਸ ਨੂੰ ਪਤਾ ਚੱਲਿਆ ਕਿ ਇੱਕ ਨੌਜਵਾਨ ਦਾ ਸੜਕ ਦੇ ਵਿੱਚ ਸੜਕ ਹਾਦਸਾ ਹੋ ਜਾਂਦਾ ਤਾਂ ਆਪ ਉਸ ਦੇ ਘਰ ਪਹੁੰਚਦਾ ਹੈ ਔਰ ਉੱਥੇ ਆ ਕੇ ਉਸ ਦੀ ਮਦਦ ਵੀ ਕਰਦਾ ਹੈ ਤੇ ਉਸੇ ਵਿਅਕਤੀ ਦੇ ਨਾਲ ਉਸੇ ਸੱਚ ਜੀ ਨਾਲ ਅੱਜਕੱਲ੍ਹ ਗੱਲ ਕਰਦੇ ਆ ਕਿ ਕਿਵੇਂ ਅੱਜ ਉਹ ਇਸ ਦਿਨ ਨੂੰ ਵੇਖ ਰਿਹਾ ਹੈ ਕਿਵੇਂ ਅੱਜ ਉਸ ਨੂੰ ਇਹ तमाम ਚੀਜ਼ਾਂ ਨਜ਼ਰ ਆ ਰਹੀਆਂ ਨੇ ਕਿਉਂਕਿ ਸੁਖਦੀਪ ਸਿੰਘ ਸਿੱਧੂ ਮੂਸੇਰਾ ਤਾਂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਸ ਦੀਆਂ ਯਾਦਾਂ ਜ਼ਰੂਰ ਸਭ ਦੇ ਵਿੱਚ ਰਹਿ ਗਈਆਂ ਨੇ ਗੁਰਸੇਵਕ ਹੁਣੀ ਇੱਥੇ ਮੌਜੂਦ ਨੇ ਗੁਰਸੇਵਕ ਦੇ ਘਰ ਪਹੁੰਚੇ ਆ ਸੀ ਗੁਰਸੇਵਕ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਿਵੇਂ ਹੁਣ ਤਬੀਅਤ ਕਿਵੇਂ ਹੈ ਕਿਵੇਂ ਤੁਹਾਡਾ ਹਾਲ ਹੈ ਠੀਕ ਹੈ ਜੀ ਦੋ ਦੋ ਤਿੰਨ ਸਾਲ ਹੋ ਗਏ ਸੀ ਜਦੋਂ ਬਾਈ ਨੂੰ ਪਤਾ ਲੱਗਿਆ ਸੀਗਾ ਜੀ ਤੇ ਹੌਲੀ ਹੌਲੀ ਮੈਂ ਰਾਤ ਨੂੰ ਡਿੱਗ ਪੈ ਸੀ ਗਈ ਕਿਸੇ ਦੇ ਕੰਮ ਤੇ ਗਏ ਹੋਏ ਸੀਗੇ ਉਹਨਾਂ ਨੇ ਮੈਨੂੰ ਛੱਡਤਾ ਜੀ ਉਹਨਾਂ ਨੇ ਮੇਰੇ ਤੇ ਪੈਸੇ ਨਹੀਂ ਲਾਏ ਪਿੰਡ ਦੀ ਯੂਵੀ ਆਪਾਂ ਕਿਹੜੇ ਲਾ ਕੇ ਕਹਨੇ ਕਿਸੇ ਤੇ ਉਹਨਾਂ ਨੇ ਨਹੀਂ ਲਾਈ ਜੀ ਫਿਰ ਕਰੋ ਲਾ ਗਏ ਜੀ ਕੁਝ ਪੈਸੇ ਨਾਲ ਜ਼ਮੀਨ ਦੀ ਵੀ ਸੀਗੀ ਉਹ ਵੀ ਵਿਕ ਗਈ ਜੀ ਫਿਰ ਹੌਲੀ ਹੌਲੀ ਬਾਈ ਨੂੰ ਪਤਾ ਲੱਗ ਗਈ ਬਾਹਰੋਂ ਆਇਆ ਸੀਗਾ ਬਾਈ ਬਾਹਰ ਲਈ ਦੇਸੋ ਹੌਲੀ ਹੌਲੀ ਪਿੰਡ ਦੇ ਨੇ ਦੱਸਤਾ ਵੀ ਉਹ ਬੰਦਾ ਢੱਲਾਗਾ ਵੀ ਉਹਦੀ ਲੱਤ ਟੁੱਟ ਗਈ ਸੀਗੀ ਫਿਰ ਜੀ ਮੈਨੂੰ ਪਹਾੜਾ ਵੀ ਦਿਆ ਕਰੇ ਮੈਨੂੰ ਬਠੰਡੇ ਵੀ ਦਿਖਾਇਆ ਜੀ ਮੈਨੂੰ ਮਾਨ ਸਾਮੀ ਦਿਖਾਇਆ ਜੀ ਸਾਲ ਚ ਮੈਨੂੰ ਬੂਟ ਸਾਰਾ ਸਾਲ ਖਰਚਾ ਸਾਡਾ ਉਸੇ ਨਹੀਂ ਚਲਾਇਆ ਜੀ ਸਾਰਾ ਲੋਕਡਾਊਨ ਵੇਲੇ ਵੀ ਸਾਨੂੰ ਸਮਾਨ ਦੇ ਕੇ ਜਾਂਦੇ ਰਹੇ ਤੇ 10000 ਰੁਪਇਆ ਲਾਇਆ ਜੀ ਤੇ 8-9 ਕਿਲੋ ਮੈਨੂੰ ਕਿਉਂ ਲੈ ਕੇ ਦਿੱਤਾ ਹੀ ਉਹਨਾਂ ਨੇ ਆਪ ਰਲਾ ਕੇ ਦਿੱਤਾ ਹੀ ਉਹਦੀ ਮੰਮੀ ਨੇ ਆਪਣੀ ਨਾਲ ਵਧੀਆ ਪਰੇਮ ਰੱਖਦੀ ਸੀ ਫਿਰ ਮੇਰੇ ਕੋਲੇ ਘਰੇ ਵੀ ਆ ਕੇ ਗਏ ਜੀ ਭਾਈ ਇੱਕ ਦਿਨ ਮੈਨੂੰ ਢੋਬੇ ਤੇ ਬੁਲਾ ਕੇ ਵੀ ਪੁੱਛਿਆ ਵੀ ਤੂੰ ਹੁਣ ਕਿਵੇਂ ਰਹਿਣਾ ਆਪਾ ਦਿਖਾਵੇਂ ਹੁਣ ਮੈਂ ਠੀਕ ਹਾਂ ਅੱਜ ਯਾਦ ਆਉਂਦੀ ਹੈ ਉਸ ਭਾਈ ਦੀ ਯਾਦ ਆਉਂਦਾ ਹੁਣ ਆਏ ਸੀ ਇਹ ਲੱਕੜਾਂ ਲੈ ਕੇ ਉੱਥੋਂ ਆਏ ਸੀ ਜੀ ਨਾਲੇ ਸੇਵਾ ਕਰ ਲੈਣੀ 10 ਮਿੰਟ ਉਹਨਾਂ ਉਹ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਜਿਨ੍ਹਾਂ ਨੇ ਮਾਰੇ ਉੱਥੇ ਲਿਆ ਕੇ ਕਹਿਣ ਦਾ ਮਤਲਬ ਇਹ ਹੈ ਕਿ ਵੀ ਮਾੜਾ ਕੰਮ ਹੋਇਆ ਬਹੁਤ ਵਧੀਆ ਬੰਦਾ ਸੀਗਾ ਜੀ ਆਪਣੀ ਸਾਡੇ ਇੱਥੇ ਭਾਈ ਦਾ ਪੁਰਾਣਾ ਘਰ ਹੀ ਉਰੀ ਰਹਿ ਕੇ ਗਈ ਸਾਡੇ ਲਈ ਬਿਲਕੁਲ ਥੋੜੇ ਘਰ ਛੱਡ ਗਏ ਪੁਰਾਣਾ ਘਰ ਵੀ ਹੈਗਾ ਤਾਂ ਅਕਸਰ ਮੁਲਾਕਾਤ ਹੋ ਜਾਂਦੀ ਸੀ ਸਾਡੇ ਕੋਲ ਆਉਂਦੀ ਰਹਿੰਦਾ ਸੀ ਜੀ ਤਾਕੁਰ ਸੇਵਕ ਕਿਵੇਂ ਮਤਲਬ ਹੁਣ ਇਸ ਇਸ ਵੇਲੇ ਤੁਸੀਂ ਕੀ ਕਰਦੇ ਹੈਗੇ ਹੋ ਘਰ ਦੇ ਵਿੱਚ ਕਿਹੜੇ ਕਿਹੜੇ ਜੀ ਹੈਗੇ ਨੇ ਕਿਵੇਂ ਗੁਜ਼ਾਰਾ ਕਿਵੇਂ ਚਾ ਬਸ ਇਹ ਗੁਜ਼ਾਰਾ ਤਾਂ ਹੀ ਬਸ ਮਾਤਾ ਹੈਗੀ ਇੱਕ ਮਾਤਾ ਇੱਕ ਮੇਰਾ ਡੈਡੀ ਹੈ ਤੇ ਬਸ ਗੁਜ਼ਾਰਾ ਡੈਡੀ ਦਾ ਪਾ ਕਰ ਲੈਨੇ ਜਮੀਨ ਸੀਗੀ ਉਹ ਵੇਚੀ ਅਕਰ ਵੀ ਆਪਣਾ ਤਾਂ ਸਰਕਾਰ ਨਹੀਂ ਪਾਕੇ ਦਿੱਤਾ ਹੀ ਐਮੀ ਗੱਪ ਮਾਰਦੀ ਏ ਤੁਹਾਡੇ ਕੋਲ ਉਹ ਨਾ ਨਹੀਂ ਕਰਾਈ ਸਾਰਾ ਉਸ ਸੁਖਦੀਪ ਨਹੀਂ ਕਰ ਪਾਕੇ ਦਿੱਤਾ ਸੀ ਹਾਂ ਜੀ ਉਹਨੇ ਦੇ ਰਾਤ ਚੋਂ ਤੋਂ ਬਣੇ ਸੀ ਜੀ ਦੇ ਡੈਡੀ ਸਰਪੰਚੀ ਉਦੋਂ ਪਾਕੇ ਦਿੱਤੇ ਜਦੋਂ ਸਰਪੰਚੀ ਨਾਲ ਦੇ ਕੋਲ ਸੀਗੀ ਤਾਂ ਉਹ ਤੁਹਾਡਾ ਕਰ ਕੱਚਾ ਸੀਗਾ ਇਹ ਹਾਂ ਉਦੋਂ ਇੱਧਰ ਸੀ ਫਿਰ ਇਹਨਾਂ ਨੇ ਨਹੀਂ ਪਾਕੇ ਦਿੱਤਾ ਜੀ ਸਰ ਹਾਂ ਤੇ ਹੁਣ ਫਿਰ ਕਿਉਂਕਿ ਸਮਾਜ ਤੇ ਵੀ ਸਾਨੂੰ ਪਤਾ ਚੱਲਿਆ ਕਿ ਉੱਥੇ ਵੀ ਲੋਕਾਂ ਦੇ ਵੱਲੋਂ ਰੋਜ ਉੱਥੇ ਆਇਆ ਜਾਂਦਾ ਤਾਂ ਉੱਥੇ ਵੀ ਹੁਣ ਤੁਹਾਡੇ ਮਾਤਾ ਜੀ ਹੁਣੀ ਉੱਥੇ ਨਹੀਂ ਆ ਅਸੀਂ ਉੱਥੇ ਭਗ ਜਨੀ ਸੇਵਾ ਕਰ ਰਹੇ ਨੇ ਨਾਲੀ ਬੂਝੇ ਬਾਝੇ ਭਰਤ ਪਾਈ ਸੀਗੀ ਉੱਥੇ ਵੀ ਆਪਣਾ ਭਾਈ ਸੀਗਾ ਹੀ ਨਾਲ ਹੀ ਰਹਿੰਦਾ ਹੁਣਾਂ ਨਹੀਂ ਵੀ ਕੰਮ ਕਰਾਈ ਸਾਡੇ ਸਾਰੇ ਪੀੜੀ ਦੇ ਉੱਥੇ ਕੰਮ ਕਰਕੇ ਹੁੰਦੀ ਫਿਰ ਵੋਟਾਂ 'ਚ ਖੜੇ ਹੋਏ ਸੀਗੇ 2 ਮਹੀਨਾ ਮੇਰਾ ਪਾਪਾ ਲਗਾਤਾਰ ਇਹਨਾਂ ਦੀ ਕੰਮ ਤੇ ਜਾਂਦਾ ਰਹੀ ਅਸੀਂ ਕਿਤੇ ਭੱਜੇ ਨਹੀਂ ਸੀ ਜੀ ਉਹ ਤਾਂ ਬਸ ਉਹ ਕੋਈ ਜੀ ਮਾਰਦਾ ਹੀ ਉਹਨਾਂ ਨੂੰ ਫਾਂਸੀ ਹੁਣੀ ਚਾਹੀਦੀ ਸਾਰੇ ਪਿੰਡ ਦੀ ਭੈ ਕਹਿੰਦੀ ਉਹ ਨਹੀਂ ਬਧਿਆ ਸੀ ਜੀ ਬੰਦਾ ਮੈਨੂੰ ਤਾਂ ਬਚਾਤਾ ਹੀ ਮੈਨੂੰ ਹੋਰ ਕੌਣ ਬਚਾਉਂਦਾ ਹੀ ਜੇ ਅੱਜ ਸਿੱਧੂ ਨਾ ਹੁੰਦਾ ਤਾਂ ਕੀ ਤੁਹਾਡਾ ਬਚਣਾ ਔਖਾ ਹੋ ਜਾਂਦਾ ਸੀ ਔਖਾ ਕੀ ਬ ਮਰ ਜਾਂਦੇ ਜੀ ਦੋ ਤਿੰਨ ਸਾਲਾਂ ਚੋਂ ਖਤਮ ਹੋ ਜਾਂਦੀ ਕਹਾਣੀ ਕੌਣ ਪੁੱਛਦਾ ਸੀ ਜੀ ਹਾਂ ਜਾ ਤਬਦੀਰੀ ਹੁੰਦੀ ਤੜਕੜ ਕੇ ਰੂਪ ਹੀ ਉੱਥੇ ਨੇ ਕਰੇ ਕੀ ਜੀ ਫਿਰ ਉਹਨੇ ਮੈਨੂੰ ਉਦੋਂ ਮਮੀ ਨੇ ਹੀ ਬਾਈ ਬਾੜ ਗਿਆ ਹੋਇਆ ਸੀ ਦੂਰੀ ਬਾਰ ਬਾੜ ਗਿਆ ਸੀ ਜੀ ਫਿਰ ਮੈਨੂੰ 5 ਕਿਲੋ ਕੀਰਾ ਘਿਓ ਰਲਾ ਕੇ ਦਿੱਤਾ ਫਿਰ ਮੈਨੂੰ ਸਾਲ ਚ ਬੂਟ ਲੈ ਕੇ ਦਿੱਤੇ ਫਿਰ ਮੈਨੂੰ 4 ਕਿਲੋ ਫਿਰ ਬਾਜ ਚ ਘਿਓ ਰਲਾ ਕੇ ਦਿੱਤਾ ਵੀ ਉਹਨਾਂ ਨੇ ਕੋਈ ਤਕਲੀਫ ਨਹੀਂ ਮੈਨੂੰ ਕਰਾਇਆ ਵੀ ਦਿੰਦਾ ਰਹੇ ਜੋ ਮੈਨੂੰ ਫੋਨ ਨੰਬਰ ਵੀ ਦਿੱਤਾ ਸੀ ਵੀ ਮੇਰੀ ਗੱਲ ਕਰਾ ਦੀ ਜਾ ਕੇ ਆਪਣੇ ਇਲਾਜ ਵੀ ਵਧੀਆ ਕਰਾਈ ਡਾਕਟਰਾਂ ਨੇ ਆਪਾਂ ਧੰਨਵਾਦ ਕਰਦੇ ਜਿਨ੍ਹਾਂ ਨੇ ਪਹਛਾਤੀ ਤਾਂ ਅੱਛਾ ਆਪਣਾ ਨੰਬਰ ਵੀ ਦੇ ਦਿੱਤਾ ਸੀ ਇਹਦਾ ਕਲਾਕਾਰ ਕਿ ਉਹ ਨਾਲ ਗੱਲਬਾਤ ਨਹੀਂ ਕਰਦੇ ਸੀਗੇ ਬਹੁਤ ਮੰਗ ਲੈਂਦੇ ਸੀਗੇ ਜਿਵੇਂ ਹਸਪਤਾਲ ਚ ਭਾਜ ਜਾਂਦੀ ਸੀ ਕੁੜੀਆਂ ਕਹਿੰਦੀਆਂ ਸੀ ਬਾਈ ਤੇਰੇ ਕੋਲ ਸਿੱਧੂ ਦਾ ਨੰਬਰ ਹੈ ਮੈਂ ਕਹਿੰਦੀ ਸੀ ਹਾਂ ਬਾਈ ਕੋਈ ਗੱਲ ਨਹੀਂ ਮੈਂ ਬੜੀ ਚਾਹੁੰਦੀ ਸੀ ਲੋਕ ਹੂੰ ਬਾਈ ਨੂੰ ਇਹ ਇੱਥੇ ਸਾਡੇ ਤਾਂ ਗੋਲੀ ਰੱਖੀ ਗਈ ਬੇਈਮਾਨ ਨਹੀਂ ਸੀ ਗਿਆ ਇਹ ਬੰਦਾ ਸੱਚਾ ਸੀ ਤਾਂ ਹੀ ਮਾਰੇ ਗਿਆ ਜੀ ਬਿਹਤਰੀਨ ਦਾ ਸੀ ਇਹ ਹੂੰ ਤਾਂ ਗੱਲਬਾਤ ਵੀ ਹੁੰਦੀ ਸੀ ਸਿੱਧੂ ਨਾਲ ਕਦੀ ਗੱਲਾਂਬਾਤਾਂ ਵੀ ਹੁੰਦੀਆਂ ਸੀ ਗੱਲਬਾਤ ਟੋਬੇ ਤੇ ਆ ਜਾਂਦੇ ਸੀਗੇ ਯਰੇ ਸਾਡੇ ਘਰਾਂ ਚ ਫਿਰਦੀ ਰਹਿੰਦੇ ਸੀਗੇ ਹਾਂ ਕੀ ਪਿੰਡ ਨੂੰ ਲੈ ਕੇ ਕੀ ਗੱਲਾਂ ਕਰਦਾ ਸੀਗਾ ਕਿਉਂਕਿ ਪਿੰਡ ਨਾਲ ਜੁੜਿਆ ਹੋਇਆ ਜਮੀਨ ਨਾਲ ਜੁੜਿਆ ਹੋਇਆ ਸੀਗਾ ਗਲੀਆਂ ਦਾ ਹਜੇ ਵੀ ਕੰਮ ਚੱਲ ਜਿੰਦਾ ਬਾਈ ਚਲਾ ਕੇ ਹੀ ਹੋਰ ਕਿਸੇ ਨੇ ਨਹੀਂ ਕਰਿਆ ਯਾਨ ਜਿੰਨਾ ਕਰੇ ਸਟੇਡੀਅਮ ਬਣਾਏ ਚਬਾਕਾਂ ਖਾਤਰ ਵਾਲੀ ਵਾਲੇ ਵਧੀਆ ਬਣਾਏ ਜੀ ਵੈਸੀ ਵਧੀਆ ਕਰਕੇ ਆ ਜੀ ਹੁਣ ਉਹਦੀ ਬਦੌਲਤ ਹੀ ਕੰਮ ਚੱਲ ਜਿੰਦੇ ਸਾਡੇ ਪਿੰਡ ਚ ਪਹਿਲਾਂ ਕੀ ਹਾਲ ਹੁੰਦਾ ਸੀ ਇੱਥੇ ਗਲੀਆਂ ਦਾ ਪਹਿਲਾਂ ਕੱਚੀ ਸੀਗੇ ਹੁਣ ਐ ਤਾਂ ਪੱਕੀ ਸੀਗੀ ਪਹਿਲਾਂ ਨੀਵੇਂ ਸੀਗੇ ਹੁਣ ਉੱਚੇ ਕਰਕੇ ਪਾਦੀ ਆ ਘਰ ਵੀ ਪਵਾਏ ਜੀ ਹੁਣ ਦੋ ਤਿੰਨ ਨੇ ਬਾਈ ਨੇ ਇਪਵਾ ਕੀ ਹੈਗਾ ਹਾਂ ਜੀ ਤਾਂ ਕੱਲੇ ਤੁਹਾਡੇ ਹੀ ਇਸ ਤਰੀਕ ਨਾਲ ਮਦਦ ਕੀਤੀ ਹੈ ਤੁਹਾਡੇ ਜਾਣਕਾਰ ਹੋਰ ਵੀ ਹੋਰ ਵੀ ਸੀਗੇ ਜੀ ਸਾਡੇ ਪਿੰਡ ਚ ਸੀਗੇ ਜੀ ਬਸ ਉਹਨਾਂ ਤੇ ਵੀ ਲਾਈ ਆਈ ਆਪਣੇ ਤੇ ਕਿਉਂ ਸਾਡੇ ਕੋਲੇ ਰਹਿੰਦਾ ਸੀਗੇ ਜੀ ਮੁੰਡੇ ਦੱਸ ਦਿੰਦੇ ਸੀਗੇ ਜਾ ਕੇ ਬਿਊਟ ੱਲਾ ਆਪਣੇ ਨੇ ਪਹਿਲੇ ਦਿਨੋਂ ਹੀ ਵਧਿਆ ਰੱਖੀ ਸੀ ਵਿਚਾਰੀ ਨਹੀਂ ਆਪਨੂੰ ਹੱਸ ਕੇ ਬੁਲਾਉਂਦਾ ਸੀਗੇ ਜੀ ਹਾਂ ਜਦੋਂ ਇਹ ਘਰ ਛੱਡ ਕੇ ਹਵੇਲੀ ਚਲੇ ਗਏ ਸੀਗੇ ਤਾਂ ਉੱਥੇ ਵੀ ਜਾ ਕੇ ਤੁਸੀਂ ਮਿਲਦੇ ਸੀਗੇ ਉੱਥੇ ਵੀ ਇਸੇ ਤਰੀਕਾ ਨਾਲ ਇਸੇ ਤਰੀਕਾ ਨਾਲ ਪੇਮ ਪ੍ਰੇਮ ਪਿਆਰ ਨਾਲ ਗੱਲਬਾਤ ਹੁੰਦੀ ਹਾਂ ਹਾਂ ਜੀ ਉੱਥੇ ਵੀ ਭਗ ਜਾਂਦੀ ਸੀਗੀ ਅਸੀਂ ਇਕੱਠੇ ਹੋ ਕੇ ਸਾਰੇ ਭਗ ਜਾਂਦੇ ਸੀਗੇ ਉੱਥੇ ਤਾਂ ਮਹੀਨਾ ਕੀ ਰਹਿਈ ਮਹੀਨੇ ਤੋਂ ਵੀ ਘੱਟ ਹੀ ਬਸ ਫਿਰ ਵਿਜਦੀ ਆ ਕੰਮ ਹੋ ਗਈ ਬਾਈ ਨੂੰ ਉਹਨਾਂ ਨੇ ਧੱਕਾ ਕਰਿਆ ਜੀ ਬੰਦੇ ਨੇ ਕੱਲੇ ਨੂੰ ਮਾਰਤਾ ਹੀ ਉਹ ਤਾਂ ਉਹਨਾਂ ਨੂੰ ਵੀ ਔਖੀ ਰਹੀ ਉਹਦੇ ਮਾਪਿਆਂ ਨੂੰ ਲੋਕਾਂ ਦਾ ਵੱੱਦੇ ਦਿਲ ਦੁਖੀ ਹੁੰਦੇ ਹੀ ਹਾਂ ਜੇ ਤੇ ਆਉਂਦੀਆਂ ਗੱਲਾਂ ਉਹ ਜੋ ਸਿੱਧੂ ਨੇ ਬਤਾਈਆਂ ਹੋਈਆਂ ਹਾਂ ਜੇ ਇੱਥੇ ਵੀ ਮਿੱਥੇ ਉਹ ਬਾਈ ਖੜਾ ਯੂਰੋ ਵੀ ਮੇਰੇ ਕੋਲੇ ਮਿਲ ਕੇ ਆਈ ਛੋਟੀ ਵਰਗ ਇੱਕ ਨੌਜਵਾਨ ਮੁੰਡਾ ਫੌਜੀ ਉਧਰੋਂ ਸਾਡੀ ਜ਼ਿੰਮੇਦਾਰਾਂ ਤੋਂ ਉਹਨਾਂ ਨੇ ਇਕੱਠੇ ਹੋ ਗਏ ਫਿਰ ਮੇਰੇ ਇੱਥੇ ਘਰੇ ਵੀ ਪਤਾ ਲੱਗੇ ਗਿਆ ਸਾਲ ਚ ਵੀ ਮੈਨੂੰ ਬੂਟਵਾਟ ਦੇ ਬਾਈ ਇਹਨਾਂ ਨੇ ਸੌਦਾ ਪੱਤਾ ਵੀ ਭੇਜਦਾ ਰਿਹਾ ਜੀ ਲੋਕਡਾਊਨ ਵੇਰੇ ਹੁਣ ਹੁਣ ਕੋਈ ਮਦਦ ਕਰਨ ਵਾਸਤੇ ਆਇਆ ਉਸ ਤੋਂ ਬਾਅਦ ਹੁਣ ਤਾਂ ਪੈਸੇ ਹੀ ਨਹੀਂ ਪਵਾਉਂਦੇ ਜੀ ਇਹਦੇ 25000 ਲੈਣੇ ਜੀ ਬਾਈ ਨੇ ਜਵਾਨ ਕਰੀ ਸੀ ਉਹਨ ਕੋਈ ਨਹੀਂ ਪਵਾਉਂਦਾ ਇਹ ਸਰਕਾਰੀ ਹੈਗਾ ਤਿੰਨ ਸਾਲ ਹੋ ਗਈ 25-30 ਹਜ਼ਾਰ ਇਹਦਾ ਵੀ ਰਹਿੰਦਾ ਹੈ ਬਾਈ ਨੇ ਜਵਾਨ ਕਰੀ ਸੀ ਆਪਣੇ ਨਾਲ ਵੀ ਪਵਾਵਾਗੇ 10 ਬੰਦੇ ਚ ਖੜ ਕੇ ਗੱਲ ਹੋਈ ਸੀ ਫਿਰ ਵਿੱਚ ਦੀ ਆ ਕੰਮ ਹੋ ਗਈ ਬੈਂਕ ਚੋਂ ਸਟੇਟਮੈਂਟ ਕਹੇ ਸੀਗਾ ਸਾਨੂੰ ਬਾਈ ਨੇ ਵੀ ਖੜਾ ਕੇ ਦੇ ਜੀ ਅਸੀਂ ਦੇਤੀ ਸੀਗੀ ਬੈਂਕ ਵਾਲੇ ਨੇ ਪਾਸ ਵੀ ਕਰਤਾ ਸੀਗਾ ਜੀ ਕਮੀ ਮਹਿਸੂਸ ਹੁੰਦੀ ਹੈ ਜੇ ਬਾਈ ਹੁੰਦਾ ਲੱਗਦਾ ਕਿ ਅੱਜ ਅੱਜ ਗੱਲ ਵੱਖਰੀ ਹੋਣੀ ਸੀ ਹਾਂ ਹਾਂ ਜਮਾਈ ਸਾਡੇ ਪਿੰਡ ਨੂੰ ਕੋਈ ਜਾਣਦੇ ਨਹੀਂ ਸੀ ਨਾ ਮਾਨਸਾ ਨੂੰ ਤੇ ਬਾਈ ਦੀ ਬਦੌਲਤੀ ਓੜੀ ਓੜੀ ਪਤਾ ਲੱਗ ਗਿਆ ਹਾਂ ਫੁੱਲ ਚੜਾਈ ਸੀ ਬੰਦੇ ਗੁੱਡ ਸੀਗੇ ਹੀ ਆਈ ਕਰ ਕਰ ਧੱਕਾ ਕਰ ਰਹੀ ਕਿਉਂਕਿ ਹੁਣ ਕੈਂਡਲ ਮਾਰਚ ਵੀ ਹੋਇਆ ਮਾਪਿਆਂ ਨੇ ਇਨਸਾਫ ਦੀ ਵੀ ਮੰਗ ਰੱਖੀ ਹੈਗੀ ਹੈ ਕਿ ਆਪਣੀ ਨਾਲ ਹੀ ਭੱਜ ਜਾਈਏ ਹਾਂ ਧਰਨਾ ਵੀ ਲਾਵਾਂਗੇ ਜਨਾਗਲ ਲੂਟਈ ਨਮਾ ਨਾਲ ਲੱਗਾਂਗੇ ਇਹ ਗੀ ਵੀਨ ਯਾਹ ਨਾ ਇਹ ਤਾਂ ਵਿਚਾਰਾ ਨੂੰ ਮਨ ਬਚਾ ਗਿਆ ਇਹ ਮੈਨੂੰ ਕੌਣ ਪੁੱਛਦਾਈ ਸਾਲ ਪੁੱਛ ਲੈਂਦਾ ਕਿਸੇ ਨੇ ਨਹੀਂ ਪੈਸੇ ਲਾਉਣੇ ਜੀ ਪਿੰਡ ਦੇ ਵਧੀਆ ਜਾਉਂਦੇ ਰਹਿਣ ਜੀ ਲੱਤ ਨੂੰ ਹੋਇਆ ਕੀ ਸੀਗਾ ਫ੍ਰੈਕਚਰ ਹੋ ਗਈ ਸੀ ਸਾਈਕੋਪਿਚਾਲ ਨੂੰ ਟੁੱਟ ਗਈ ਸੀ ਹਾਂ ਤਾਂ ਆਪ ਹਸਪਤਾਲ ਲੈ ਕੇ ਗਿਆ ਸਾਰਾ ਇਲਾਜ ਆਪ ਕਰਾਇਆ ਹਾਂ ਇਹ ਮੇਰੇ ਕੋਲੇ ਹਾਂ ਹਾਂ ਇਹ ਮੇਰੀ ਮੰਮੀ ਡੈਡੀ ਨੇ ਵੀ ਸਾਥ ਕਿਉਂ ਨਾ ਪੁੱਛਿਆ ਵੀ ਸਾਨੂੰ ਦੱਸ ਦੋ ਜੀ ਕੋਈ ਤਕਲੀਫ ਹੋਈ ਉਹ ਨੂੰ ਵੀ ਦੱਸਣਾ ਕਹਣਾ ਸੀਗਾ ਭਾਈ ਪੈਸਿਆਂ ਬਾਰੇ ਅੱਜ ਦਾ ਅੱਧਾ ਕੰਮ ਰਹਿੰਦਾ ਤੇ ਹੁਣ ਸਾਨੂੰ ਕਹਿੰਦੇ ਵੀ ਪਵਾ ਦੇਵਾਂਗੇ ਭਾਈ ਨਿਜਮਾਨ ਕਰੀ ਸੀਗੀ ਆਪਣੇ ਨੂੰ ਵੀ ਆਪ ਪਵਾਵਾ ਮੈਂ ਕਹਿਣਾ ਉਹ ਵੀ ਪੰਚਾਇਤ ਨੂੰ ਵੀ ਵਿਵਦਾ ਹੋਊ ਹੱਲ ਕੱਢਣੀ ਹਾਂ ਭਾਈ ਨੇ ਆਪਣੇ ਨਿਜਮਾਨ ਕਰੀ ਆਪ ਪੱਕਾਵਾਗੇ ਵੀ ਬੈਂਕਲੇ ਨੂੰ ਹਾਂਜੀ ਇਹ ਪਵਾਉਣਾ ਜ਼ਰੂਰੀ ਹੈ ਹੁਣ ਭੱਜੇ ਵੀ ਫਿਰਦੇਗੇ ਭਾਈ ਜੀ ਦੇ ਨਾਲ ਜਮਾ ਪੱਕੇ ਨੇ ਜੀ ਉਹ ਲੋਕਾਂ ਲੋਕਾਂ ਵਾਲਾ ਹੀ ਸਾਰੇ ਜਮਾਤਾਂ ਨਾਲ ਵੀ ਲਾਵਾਂਗੇ ਬੱਸਾਂ ਵੀ ਰੋਕਾਂਗੇ ਸਾਰਾ ਕੁਝ ਕਰਾਂਗੇ ਜਿੰਨੇ ਚਿਰ ਕੋਈ ਇਨਸਾਫ ਨਹੀਂ ਹੁੰਦਾ ਇਹਦਾ ਵਿਚਾਰੇ ਦਾ ਕੱਲਾ ਪੁੱਤ ਸੀਗਾ ਹੀ ਅਗਲੇ ਦਾ ਸਟਾਰ ਸੀਗਾ ਹੀ ਇਹ ਸਾਰਾ ਡਿਪੈਂਡਿੰਗ ਉਹ ਤੇ ਤਰੱਕੀ 'ਚ ਲੈਂਦਾ ਸੀਗਾ ਹੀ ਬੰਦੇ ਉਹ ਸੇਰਾ ਨਾਮ ਚਮਕਾਦਾ ਸੀ ਹਾਂਜੀ ਜੀ ਜੀ ਤਾਂ ਗੁਰਸੇਵਕ ਹੁਣਾਂ ਦੇ ਕੋਲ ਪਹੁੰਚਿਆ ਪਤਾ ਚੱਲਿਆ ਸੀ ਕਿ ਕਿਸ ਤਰੀਕੇ ਦੇ ਨਾਲ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਦੋਂ ਪਤਾ ਚਲਦਾ ਹੈ ਸ਼ੁਭਦੀਪ ਨੂੰ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਦੇ ਸੱਟ ਲੱਗ ਗਈ ਹੈ ਮੰਜੇ ਦੇ ਉੱਤੇ ਪੈ ਗਿਆ ਤਾਂ ਉਹਨਾਂ ਦੇ ਘਰ ਆਉਂਦੇ ਨੇ ਮਦਦ ਕਰਦੇ ਨੇ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਔਰ ਜਿਸ ਤਿਕਨਾ ਇਸ ਵੀਰ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਮੈਨੂੰ ਤਾਂ ਸ਼ਾਇਦ ਕੋਈ ਬਚਾਉਂਦਾ ਹੀ ਨਾ ਮੈਂ ਤਾਂ ਮਰ ਜਾਣਾ ਸੀ ਜੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਾ ਹੁੰਦਾ ਪਰ ਅੱਜ ਸ਼ੁਭਦੀਪ ਸਿੰਘ ਨਹੀਂ ਹੈ ਵੀਰ ਪਾਮੀ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਕਹਿ ਰਿਹਾ ਕਿ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਔਰ ਇਨਸਾਫ ਲਾਂਦ ਲਈ ਅਸੀਂ ਹਰ ਇੱਕ ਲੜਾਈ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਰਵਾਂਗੇ ਕੈਮਰਾ ਪਰਸਨ ਦਿਵਿੰਦਰ ਦਿਨਗ ਗਗਨਦੀਪ ਸਿੰਘ ਰੋ ਪੰਜਾਬ ਟੀਵੀ ਪਿੰਡ ਮੂਸਾ ਮਾਨਸਾ